ਅੱਜ ਸਾਡਾ ਮੁੰਡਾ ਤਪ ਗਿਆ ਵਾ, ਕਿਉਂਕਿ ਮੁੰਡੇ ਦਾ ਕੁਛ ਨੀ ਲੱਭਿਆ, ਮੁੰਡੇ ਨੂੰ ਮੁੰਡਾ ਵਿਹਲਾ। ਗੁੱਜਰ ਬਾਈ ਅਸਲਾਮ ਵਾਲੇਕੁਮ ਵੀਵਰਸ, ਕਿਆ ਹਾਲ ਹੈ? ਉਮੀਦ ਕਰਤਾ ਹੂੰ ਕਿ ਸਭ ਠੀਕ ਹੋਵੋਗੇ ਔਰ ਖੈਰ ਖੈਰੀਅਤ ਸੇ ਹੋਵੋਗੇ। ਔਰ ਆਪਕਾ ਭਾਈ ਆ ਜੀ ਫਿਰ ਨਵਾਂ ਵਲੋਗ ਸ਼ੁਰੂ ਕਰਨ ਲਗਾ, ਅਸੀਂ ਕਿਹੜਾ ਪੁਰਾਣਾ ਕਰੀਦਾ, ਅੱਗੇ ਵੀ ਨਵਾਂ ਹੀ ਸ਼ੁਰੂ ਕਰੀਦਾ। ਅਤੇ ਅੱਜ ਦਾ ਵਲੋਗ ਸ਼ੁਰੂ ਕਰਦੇ ਹਾਂ ਦੁਕਾਨ ਤੋਂ। ਕਾਕਾ ਗਿਆ ਹੋਇਆ ਸਮਾਨ ਲੈਣ, ਅਤੇ ਕਾਕਾ ਆਉਂਦਾ ਸਮਾਨ ਤੇ ਅਸੀਂ ਜਾਣਾ ਅੱਜ ਜੜਾਂ ਦੇ ਰੋਡ 'ਤੇ, ਅਤੇ ਅੱਜ ਤੁਹਾਨੂੰ ਬਾਹਰ ਦਾ ਟੂਰ ਕਰਾਵਾਂਗੇ ਜਣਾ ਦੇ ਰੋਡ ਦਾ। ਅਤੇ ਅਸੀਂ ਅੱਜ ਉੱਥੇ ਜਾਣਾ, ਅਸੀਂ ਉੱਥੇ ਲਿਆ ਹੋਇਆ ਸਮਾਨ ਉਹ ਚੈੱਕ ਕਰਨ ਜਾਣਾ, ਅਤੇ ਨਾਲੇ ਤੁਹਾਨੂੰ ਸੈਰ ਕਰਾਵਾਂਗੇ, ਨਾਲੇ ਤੁਹਾਨੂੰ ਸਮਾਨ ਦਿਖਾਵਾਂਗੇ। ਗਾਇ ਜੀ ਆਪਣਾ ਦਿੱਲੀ ਆ ਗਿਆ, ਕੀ ਨਾਂ ਸੀ ਤੁਹਾਡਾ? ਸਨੀ ਭਾਈ, ਸਨੀ ਉਰੇ ਆਈ ਤੁਸੀਂ ਵੈਸੇ ਦੇਖਿਆ ਤਾਂ ਹੋਣਾ ਸਨੀ, ਇਹ ਵੈਸੇ ਉਹ ਸਨੀ ਨਹੀਂ ਹੈਗਾ ਜਿਹੜਾ ਤੁਸੀਂ ਦੇਖਿਆ। ਮੈਨੂੰ ਇਹ ਦੱਸ, ਮੈਂ ਕਿਹਾ ਡੈਡੀ ਨਾਲ ਗੱਲ ਕੀਤੀ ਸੀ, 18 ਵਾਲਾ ਆ ਬੰਦਾ, 18 ਜਾਂਦੇ ਆ ਇੱਕੋ ਸਾਹ 18 'ਚ? ਹਾਂ 18 ਜਾਂਦੀਆਂ ਨੇ ਇੱਕੋ ਸਾਹ 'ਚ। ਅੱਛਾ, ਮੌਕਾ ਨਹੀਂ ਮਿਲਿਆ ਯਾਰ, ਕਰ ਲਾ ਅਤੇ ਅੱਗੇ ਵੀ ਲੂਮਾਂ ਚੰਗੀਆਂ ਜਿਹੜੀਆਂ ਮੈਂ ਤੈਨੂੰ ਚਾਰ ਗਈਆਂ ਉਹ ਦੋ ਹੋਰ ਲੱਭ ਲਾਂਗੇ। ਚੱਲ ਅੱਛਾ ਦੇ ਦੋਵਾਂ ਦਾ ਤੂੰ ਜਗਾੜ ਲਾ ਲਈ, ਤੇਰੇ 16 ਵਾਰ ਹੋ ਜਾਣਾ ਜਾਵਾਂਗੇ, ਬਾਕੀ ਜਾਣਾ ਕੰਮ ਨਹੀਂ ਕੀਤਾ ਯਾਰ ਮੈਂ ਕਰਨਾ ਕੰਮ, ਮੇਰਾ ਕੰਮ ਤੂੰ ਕਰਦਾ ਨੀ, ਆਪਦਾ ਕੰਮ ਤੂੰ ਸੋਚੀ ਜਾ। ਮੈਂ ਇਹ ਪੁੱਛ ਰਿਹਾ ਵਾ ਤੂੰ ਕਰਨਾ ਜਾਂ ਮੈਂ ਕਰਨਾ? ਉਹ ਤੂੰ ਹੀ ਕਰਨਾ, ਉਹ ਤੂੰ ਹੀ ਕਰਨਾ, ਤੈਨੂੰ ਦੱਸਿਆ ਤਾਂ ਹੈ ਸੀ ਉਦਣ ਆ ਜੀ। ਚਲੋ ਲਿਆਓ, ਹੁਣ ਨਹੀਂ ਮੈਂ ਦੇ ਸਕਦਾ ਭਾਈ। ਕੀ ਟਾਈਮ ਦੇਖੀਏ ਤੁਸੀਂ, ਟਾਈਮ ਦੇਖਿਆ 11 ਵਜੇ ਤੇ ਅਸੀਂ ਅੱਜ ਕੰਮ ਤੇ ਆਏ ਹਾਂ ਭਾਈ। ਮਲਕ ਚਾਹ ਬਣਾ ਰਿਹਾ, ਮਲਕ ਚਾਹ ਬਣਾ ਰਹੇ ਨੇ, ਚਾਹ ਦਾ ਕਹਿ ਦਿੱਤਾ ਜੇਰ ਭਾਈ। ਬਾਬਾ ਇੱਕ ਮੇਰੀ ਵੀ ਗੱਲ ਹੀ ਯਾਰ, ਇਹਦੀ ਵੀ ਗੱਲ ਹੀ ਵੀ ਯਾਰ ਨਾ ਯਾਰ, ਸਕੂਲ ਨੂੰ ਕਾ ਦੇ ਰਹੇ ਚਾਰ ਇੱਕ ਚਾਹ ਦੇ, ਤੂੰ ਮੇਰਾ ਪੁੱਤ ਘਰ ਜਾ, ਬਿਸਕੁਟ ਆਪਣੇ ਭੱਲੇ ਹੋ। ਚੱਲ ਬਿਸਕੁਟ ਭੱਲੇ ਹੋ ਲੈ ਲਾਂਗੇ, ਚਾਹ ਨਹੀਂ ਵੀ ਗਵਾ ਲੈਣਾ ਫਿਰ ਹੈ, ਸਾਨੂੰ ਵੀ ਬਿਸਕੁਟ ਹੈ ਤੇ ਚਾਰ ਬਿਸਕੁਟ ਕਿਰਾ ਲੈ ਲੂੰਗਾ। ਆ ਵਿਚਾਰਾ ਆਏ 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 ਬਿਸਕਿਟ ਪਈ ਪਤਾ ਪੱਲਿਓ ਲੈ ਕੇ ਆਉਣੇ ਪੈਣੇ ਆ, ਲੈਣ ਚਲਾ ਗਿਆ ਬਿਸਕੁਟ ਤੇ ਅਸੀਂ ਚਾਹ ਚੱਕ ਲਈ ਆਪਣੀ ਆਪਣੀ ਜੇਰ ਭਾਈ, ਚਾਹ ਚੱਕ ਲਾ ਇਸ ਤੋਂ ਪਹਿਲੇ ਇਹ ਨਾ ਹੋਵੇ। ਟਿਕ 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 ਹੱਥੇ ਵੀ ਵੱਜ ਜਾਂਦੀ ਹੁੰਦੀ ਆ।
ਬਹੁਤ ਖਤਰਨਾਕ ਗੇਮ ਆ, ਜ਼ਿੰਦਗੀ ਮੌਤ ਦਾ ਸਵਾਲ ਆ, ਉਸਤਾਦ ਛੱਡ ਦਿਓ, ਆਪਾਂ ਦੁਨੀਆਂ ਦੇ ਸਾਰੇ ਕੰਮ ਨਹੀਂ ਕਰ ਸਕਦੇ। ਆਖਰਲੇ ਚਾਂਸ ਆ ਜੋ ਕਿ ਫੇਲ ਹੋ ਗਿਆ, ਇੱਕ ਵਾਰੀ ਫੇਰ ਜੀ। ਉਹੀ ਕਾਰੀਗਰ ਬੰਦੇ ਦੇ ਹੱਥ ਦੇ ਵਿੱਚ ਆ ਗਏ ਹਥਿਆਰ। ਉਹ ਜੀ ਓਏ ਕੀਤਾ ਵੀ ਕਾਫੀ ਵਾਰੀ, ਇਹ ਬੱਚਾ ਜਾਤ ਹੁੰਦੀ ਏਦਾਂ ਦੀ ਆ। ਚੱਲ ਲੋਕ ਗਾਇਜ਼, ਅਸੀਂ ਬੈਠੇ ਹਾਂ ਦੁਕਾਨ 'ਤੇ, ਅਤੇ ਇਸ ਟਾਈਮ ਸਾਰੇ ਜਵਾਰੀ ਹੈਗੇ ਦੁਕਾਨ 'ਤੇ ਬੈਠੇ ਹੋਏ। ਅਸੀਂ ਵੀ ਲਾ ਰਹੇ ਹਾਂ ਰਾਕਟ, ਅਤੇ ਆਹ ਗੁੱਜਰ ਦਾ ਰਾਕਟ ਆ। ਗੁੱਜਰ ਆਪਣਾ ਰਾਕਟ ਫੜ ਬਾਈ, ਹਾਂ ਉੱਡੀ ਰਿਹਾ ਫਿਰ ਗੁੱਜਰ ਦਾ ਰਾਕਟ। ਗੁੱਜਰ ਪੈ ਸਹੀ ਪੈ ਗਿਆ ਨਾ, ਤਿੰਨ ਵਾਰੀ ਚਾਰ ਵਾਰੀ ਪੈ ਗਿਆ, ਪਾ ਰਹੀ ਹੈ ਇੱਕ ਵਾਰੀ ਛੱਡ ਕੇ। ਜੀ ਐਮ ਦਾ ਫੋਨ ਆ ਗਿਆ ਲੱਗਦਾ। ਹੈਲੋ, ਆਹ ਭਾਈ ਆਬਦ ਬੈਠਾ ਆ। ਆਬਦ ਵੀ ਜਿਹੜਾ ਨਾ ਗੇਮ ਦੇ ਚਸਕੇ ਲੈਣ ਦੀ ਸੋਚ ਰਿਹਾ ਕਿ ਅਸੀਂ ਵੀ ਲਾ ਲਈਏ, ਪਰ ਮੈਂ ਮੋਬਾਈਲ ਹੈ ਨਹੀਂ। ਗੁੱਜਰ ਨੂੰ ਆ ਗਿਆ ਫੋਨ, ਅਤੇ ਗੁੱਜਰ ਹੁਣ ਫੋਨ ਫੋਨ ਦੇ ਕਿੱਦਾਂ ਸੁਣ ਰਿਹਾ, ਜਿਹਦਾ ਅਫਸਰ ਨਹੀਂ ਹੁੰਦਾ। ਕੀ ਹਾਲ ਹੈ ਮਾਨੇ, ਕਿਹੜੀ ਖੇਡੀ ਜਾਂਦਾ ਗੇਮ? ਬਹੁਤ ਵੱਡੇ ਜਵਾਰੀ ਨੇ, ਬੰਦ ਕਰੋ ਆਪਾਂ ਬਾਅਦ ਮਿਲਦੇ ਹਾਂ। ਲੋਕ ਆਏ, ਅਸੀਂ ਪਹੁੰਚ ਗਏ ਸੇਠ ਆਬਦ ਦੇ ਦਫ਼ਤਰ 'ਚ। ਓ ਜੀ ਸੇਠ ਆਬਦ ਸਾਹਿਬ, ਭਾਈ ਮੈਂ ਸ਼ਾਵਰ ਲੈ ਕੇ ਆਇਆ, ਅਤੇ ਮੈਂ ਨਾ ਟੁੰਡੇ ਦਾ ਸਿਰ ਭਾੜਨਾ ਲੈਣਾ। ਦੇਖੋ ਜੀ, ਦੇਖੋ ਜੀ ਗਾਇਜ਼, ਦੇ ਨਾ ਟੁੰਡੇ ਨੇ ਮੇਰੇ ਨਾਲ ਭੈਣ ਵਿਆਹੀ ਆ, ਤੇ ਨਾ ਹੀ ਹੋਰ ਕੋਈ ਰਾਬਤਾ ਹੈਗਾ। ਟੁੰਡੇ ਦੀ ਠੀਕ ਹੋ ਗਿਆ, ਹਜ਼ਾਰ ਰੁਪਇਆ ਮੁੱਕ ਗਿਆ, ਯਾਨੀ ਕਿ ਰਿਸ਼ਤਾ ਵੀ ਦਿੱਤਾ ਨੇ ਤੁਹਾਨੂੰ? ਰਿਸ਼ਤਾ ਵੀ ਦਿੱਤਾ ਵਾ। ਵਾਹ, ਮੌਜ ਲੱਗ ਗਈ ਤੇਰੀ ਯਾਰ। ਗਾਇਜ਼, ਟੁੰਡੇ ਦੀ ਭੈਣ ਦਾ ਵਿਆਹ ਹੋ ਗਿਆ, ਤੇ ਲਿਆਇਆ ਨਹੀਂ ਉਹਦੇ ਭੈਣਾਂ ਦੀ, ਜਿਨ੍ਹਾਂ ਨੇ ਥੱਕਲੇ ਕੱਲੇ ਭਰਾ ਨੂੰ ਤਿੰਨ ਤਿੰਨ ਮਰਲੇ ਜਗ੍ਹਾ ਬਣਾ ਕੇ ਦਿੱਤੀ। ਅੱਛਾ ਜੀ, ਉਹਦੇ ਮਗਰ ਹੀ ਇਹ ਹੁਣ ਪਿਆ ਹੋਇਆ। ਹੁਣ ਇਹਨਾਂ ਨੇ ਮੇਰੇ ਕੋਲ ਸੱਤ ਮਰਲੇ ਸੀਗੀ, ਪੰਜ ਮਰਲੇ ਖਾ ਗਏ ਆ, ਢਾਈ ਮਰਲੇ ਰਹਿ ਗਈ ਆ। ਮੈਂ ਸੈਨ ਸੂਨ ਕਰਾ ਕੇ ਇਹਨਾਂ ਨੂੰ ਫਾਰਗ ਕਰਾ ਕੇ ਉਹਦੀ ਭੈਣ ਮੋੜਨ ਲੱਗ ਗਈ। ਕੱਪੜੇ ਵੀ ਸਾਫ ਸੁਥਰੇ, ਵਾਈਟ। ਮੇਰੀ ਗੱਲ ਇੱਧਰ ਗੱਲਾਂ
ਲੋਕ ਆਏ ਜਿੱਥੇ ਨਾ ਹੁਣ ਗੱਲ ਵੱਜ ਜਾਣੀ, ਇਸ ਕਰਕੇ ਮੈਂ ਕਰਨ ਲੱਗਾ ਬਾਈ ਆਪਣਾ ਵਲੌਗ ਬੰਦ ਤੇ ਤੁਹਾਨੂੰ ਬਾਅਦ ਚ ਮਿਲਦੇ ਆ। ਹੈਲੋ ਗਾਇਸ, ਅਸੀਂ ਪਹੁੰਚ ਗਏ ਤੰਦੂਰੀ, ਐਡਾ ਵਲੌਗ ਸਿਸਟਮ ਹੈ, ਐਡਾ ਵਲੌਗ ਸਿਸਟਮ ਹੈ ਵਲੌਗ। ਯੋ ਬਾਜੀ ਰਾਣਾ ਸਾਹਿਬ, ਇਹ ਭਾਈ ਆਪਣੇ ਰਾਣਾ ਸਾਹਿਬ ਨੇ ਡਾਕਟਰ ਨਾਮ ਹੈ ਇਹ ਐਡਾ ਫੇਮਸ ਨੂੰ ਕੂੜੇ ਦੀ ਗੱਡੀ ਲਵਾਉਣੀ ਬੜਾ ਸੁਰਦਗਾ ਜਿਹਾ ਹੋ ਕੇ ਖੜਾ ਹਾਂ। ਸਰਜੂਗਾ ਮੈਂ ਕਿਹਾ ਚੱਲ ਆ ਹੀ ਜਾਣੇ ਆ, ਮੈਂ ਇਧਰੋਂ ਆਏ ਉਦੋਂ ਸਲਾਮ ਨਗਰੋਂ ਲੈਣੇ ਸੀ, ਉਧਰੋਂ ਨਹੀਂ ਆਏ। ਕਿੰਨੇ ਦੇਣੇ? ਕਿੰਨੇ? ਉਹਨੂੰ 20,000 ਰੁਪਇਆ। ਕੋਈ ਗੱਲ ਨਹੀਂ, ਉਹਨੂੰ ਕਹਿਆ ਸੁਬਹ ਯਾਰ ਉਹਨੇ ਗਾਂ ਦੇਣੇ ਆ, ਉਹ ਸੁਬਹ ਦਾ ਟਾਈਮ ਤੇ ਹੈਗਾ 10 ਵਜੇ ਦਾ। ਪੈਸੇ ਉਹ ਆ ਜਿਹੜੇ ਫੈਕਟਰੀ ਦੇਣੇ ਆ। ਅੱਛਾ, ਕੋਈ ਗੱਲ ਨਹੀਂ, ਕਿਹਨੇ ਇਹ ਮਜ਼ਦੂਰੀ ਦਾ ਉਹਨੇ ਦੇ ਲਿਆਣੇ ਯਾਰ। ਚਲੋ ਗਾਇਸ, ਆਪਾਂ ਇਹਦਾ ਕੋਈ ਹੱਲ ਕੱਢੇ ਆ, ਆਪਾਂ ਆਪਣੇ ਸ਼ਕੀਰ ਦੇ ਖਾਸ ਨੂੰ ਫੋਨ ਕਰਦੇ ਨੇ, ਸ਼ਕੀਰ ਦੇ ਕਮੀਨੇ ਨੂੰ ਫੋਨ ਕਰਦੇ ਆ ਤੇ ਯਾਰ ਇਹਦਾ ਕੰਮ ਕਰ ਦੇ। ਗਾਇਸ ਆ ਛੇੜਕੂੜੇ ਵਾਲਾ, ਹਾਏ 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 ਸੇਡ ਕੋਡ ਹੈ ਭਾਈ, ਟ੍ਰਾਂਜੈਕਸ਼ਨ ਕਰਨ ਲੱਗਾ। ਇਹ ਇਹਦਾ ਨਾਂ ਸੀ ਐਵੇਂ ਨਹੀਂ ਸੇਡ ਰੱਖਿਆ, ਇਹ ਕਿਸੇ ਗੱਲ ਦਾ ਇਹਦਾ ਨਾਂ ਸੇਡ ਰੱਖਿਆ ਹੋਇਆ। ਸੇਡ ਕਢਾ ਲਓ ਯਾਰ ਪੈਸੇ। ਲਓ ਜੀ ਸੇਡ ਦਾ ਪੈਸੇ ਨਿਕਲੇ ਵਿੱਚ, ਟਿੰਗ 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 ਟ੍ਰਾਂਜੈਕਸ਼ਨ ਹੋ ਰਹੀ ਹੈ। ਸਾਡੇ ਬੈਂਕ ਦਾ ਸਿਸਟਮ ਹੋਇਆ ਹੋਇਆ ਸਲੋ, ਲਿਹਾਜ਼ਾ ਪਤਾ ਨਹੀਂ ਕਦੋਂ ਨਿਕਲਦੀ ਹੈ। ਅੱਜ ਨਾ ਮੈਂ ਤਵੇ ਹੀ ਵਾਲਾ ਹਿਸਾਬ, ਅੱਜ ਸਾਡਾ ਮੁੰਡਾ ਤਪ ਗਿਆ ਵਾ, ਕਿਉਂਕਿ ਮੁੰਡੇ ਦਾ ਕੁਛ ਨਹੀਂ ਲੱਭਿਆ ਮੁੰਡੇ ਨੂੰ, ਮੁੰਡਾ ਵਿਹਲਾ। ਸੋ ਗਾਇਸ, ਅਸੀਂ ਪਹੁੰਚ ਗਏ ਹਾਂ ਘਰ, ਦੁਕਾਨ ਸ਼ਕਾਨ ਬੰਦ ਕਰਕੇ ਆ ਗਏ, ਸੇਡ ਆਵਾ ਦੇ ਖਾਤੇ 'ਚ ਵੀ ਆ ਗਏ। ਉੱਥੇ ਬੜੀਆਂ ਚਵਲਾਂ ਵੱਜਣ ਲੱਗ ਗਈਆਂ ਸੀ, ਇਸ ਕਰਕੇ ਮੈਂ ਕਰਤੀ ਸੀ ਵੀਡੀਓ ਬੰਦ, ਅਤੇ ਅੱਜ ਦਾ ਵਲੌਗ ਵੀ ਕਰਦੇ ਹਾਂ ਅਸੀਂ ਐਂਡ। ਘਰ ਪਹੁੰਚ ਗਏ ਹਾਂ ਅਤੇ ਮੇਰੇ ਚੁੰਨੂ ਮੁੰਨੂ ਸੌਂ ਗਏ ਆ, ਅਸੀਂ ਵੀ ਖਾਣਾ ਵਗੈਰਾ ਖਾਈਏ, ਮੂੰਹਾਂ ਧੋਈਏ, ਕੱਪੜੇ ਚੇਂਜ ਕਰੀਏ, ਅਤੇ ਆਪਣੇ ਭਰਾ ਨੂੰ ਦਿਓ ਇਜਾਜ਼ਤ, ਅਤੇ ਮੇਰਾ ਚੈਨਲ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਯਾਰ, ਛੇਤੀ ਛੇਤੀ ਮੇਰੇ ਨਾ ਮਿੰਟ ਵਧਾ ਦਿਓ, ਕਿਉਂਕਿ ਮੈਂ ਬਹੁਤ ਤੰਗ ਹੋਇਆ ਹੋਇਆ, ਮੇਰਾ ਦਿਲ ਨਹੀਂ ਕਰਦਾ ਬਣਾਉਣ ਨੂੰ। ਬਲ ਇਹ ਹੈ ਕਿ ਤੁਸੀਂ ਮੇਰਾ ਚੈਨਲ ਸ਼ੇਅਰ ਵੀ ਕਰੋ ਅਤੇ ਸਬਸਕ੍ਰਾਈਬ ਵੀ ਕਰੋ। ਅੱਲਾ ਹਾਫਿਜ਼।